ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਵੀਰ ਦੇ ਕੋਲ ਆਪਾਂ ਆਏ ਹਾਂ। ਅਤੇ ਅੱਜ ਦੇ ਵੀਡੀਓ ਦੇ ਵਿੱਚ ਸਾਰਾ ਮਾਲ ਤੁਹਾਨੂੰ ਵਿਖਾਉਣਾ ਹੈ, ਵਿੱਚੋਂ ਕੁਝ ਵਿਕੀਆਂ ਵਾ ਅਤੇ ਕੁਝ ਵਿਕਣ ਵਾਲੀਆਂ ਵਾ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਅਤੇ ਬਾਕੀ ਜਿੱਤਰ ਹਰ ਵੀਡੀਓ 'ਚ ਬੇਨਤੀ ਇਹੀ ਹੁੰਦੀ ਆ ਕਿ ਆਪਣਾ ਜਿੱਥੋਂ ਵੀ ਪਸ਼ੂ ਲੈਣਾ ਵਾ, ਆਪਾਂ ਵੀ ਇੱਥੋਂ ਲੈਣਾ ਵਾ, ਜਿੱਥੋਂ ਵੀ ਲੈਣਾ ਵਾ, ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫਿਰ ਪਸ਼ੂ ਲਿਆ ਕਰੋ। ਪੈਸੇ ਤੁਸੀਂ ਖਰਚਣੇ ਆ, ਜ਼ਿੰਮੇਵਾਰੀ ਵੀ ਬਣਦੀ ਹੈ ਤੁਹਾਡੀ ਵੀ, ਆਪ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਤਸੱਲੀ ਕਰਕੇ ਆਪਣੀ ਗਰੰਟੀ 'ਤੇ ਪਸ਼ੂ ਲਿਆ ਕਰੋ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਚਲੋ ਵਧੀਆ ਚਾਹੀਦਾ ਜੀ। ਤੇ ਅੱਜ ਬਾਬੇ ਦੀ ਕਿਰਪਾ ਨਾਲ ਚੰਗੀ ਰੌਣਕ ਲਾਈ ਆ। ਹਾਂਜੀ, ਮਈਆਂ ਦੇ ਵੀਰ ਜੀ ਵਾਧੇ ਸੀ, ਵਿੱਚ ਚਾਰ ਵੇਗੀਆਂ। ਅੱਛਾ, ਚਾਰ ਮੱਝਾਂ ਵੇਗੀਆਂ ਵਾ? ਚਾਰ ਮੱਝਾਂ ਵੇਗੀਆਂ ਆ। ਤੇ ਚਲੋ ਇੱਕ ਵਾਰੀ ਨਾਮ ਦੱਸ ਦੋ। ਨਾਮ ਜਤਿੰਦਰ ਸਿੰਘ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਵੀ ਬੋਲ ਦੋ। 9568272। ਠੀਕ ਆ। ਹੁਣ ਜਿਹੜੇ ਮਤਲਬ ਟੋਟਲ 9 ਪਸ਼ੂ ਵਾ, ਤੇ ਵਿੱਚੋਂ 4 ਵੇਗੀਆਂ ਵਾ, 4 ਵੇਗੀਆਂ ਜੀ, ਤੇ 5 ਰਹਿ ਗਈਆਂ ਵਾ। ਹਾਂਜੀ ਹਾਂਜੀ। ਤੇ ਜਿਹੜਾ ਪਰਸੋਂ ਪਾਈਆਂ ਉਹ ਵੀ ਸਾਰੀਆਂ ਵੇਗੀਆਂ? ਹਾਂਜੀ, ਉਹ ਵੀ ਵੇਗੀਆਂ ਨੇ ਸਾਰੀਆਂ। ਤੇ ਆ ਭਾਜੀ ਹੁਣੀ ਆਏ ਆ ਮਾਲ ਲੈਣੇ, ਕਿੱਥੋਂ ਕਰੀਏ ਗੱਲਬਾਤ? ਠੀਕ ਹੈ, ਬੁਲਾਓ ਹਾਂ ਇੱਕ ਵਾਰੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਵੀਰ ਜੀ ਠੀਕ ਠਾਕ ਜੀ? ਤੇ ਕਿੱਥੋਂ ਆਏ ਵੀਰ ਜੀ ਫਿਰ ਤੁਸੀਂ? ਮੋੜ ਮੰਡੀ ਲਾਗੋ। ਅੱਛਾ, ਮੋੜ ਮੰਡੀ ਲਾਗੋ। ਜ਼ਿਲ੍ਹਾ ਕਿਹੜਾ ਆਪਣਾ? ਬਠਿੰਡਾ। ਜ਼ਿਲ੍ਹਾ ਬਠਿੰਡਾ, ਠੀਕ ਆ। ਤੇ ਅੱਜ ਕਿੰਨੀਆਂ ਮੱਝਾਂ ਖੜਨੀਆਂ ਫਿਰ? ਦੋ ਡੰਗਰ ਲੈ ਕੇ ਜੀ। ਅੱਛਾ, ਦੋ ਲੈ ਕੇ ਜਾਣੀਆਂ। ਤਸੱਲੀ ਕਰ ਲਈ ਪੂਰੀ ਫਿਰ? ਪਾਸ ਕਰ ਲਈਆਂ ਪੂਰੀਆਂ? ਅੱਗੇ ਵੀ ਖੜਦੇ ਮਾਲ? ਹਾਂਜੀ ਹਾਂ, ਬਹੁਤ ਵਾਰੀ ਆਏ ਇੱਥੇ, 10-12 ਮੰਗਾਂ ਪਹਿਲਾਂ ਲੈ ਗਏ ਜੀ। ਅੱਛਾ, 10-12 ਪਹਿਲਾਂ ਵੀ ਲੱਗ ਗਏ ਆ? ਠੀਕ ਹੈ, ਹਫ਼ਤਾ ਕੁ ਪਹਿਲਾਂ। ਤੇ ਚੰਗਾ ਨਿਕਲਦਾ ਰਿਹਾ ਮਾਲ? ਜੇ ਕੋਈ ਲਾਮਾ ਲੂਮਾ ਦੇਣਾ ਤੇ ਦੱਸ ਦਿਓ। ਨਹੀਂ, ਮੌਕਾ ਹੈਗਾ ਜੀ? ਠੀਕ ਹੈ, ਠੀਕ ਠੀਕ। ਚਲੋ ਧੰਨਵਾਦ ਤੁਹਾਡਾ ਵੀ, ਕਿ ਇਹ ਵੀ ਆ ਕਿ ਚਲੋ ਇਹ ਵੀ ਬੜੀ ਵਧੀਆ ਗੱਲ ਆ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਵੇਖ ਚਾਖ ਕੇ ਫਿਰ ਪਸ਼ੂ ਖੜਦੇ ਜੇ। ਇਸ ਤਰ੍ਹਾਂ ਹੀ ਸਾਰਿਆਂ ਨੂੰ ਖੜਨਾ ਚਾਹੀਦਾ ਵਾ ਵੀ, ਇੱਥੇ ਆਓ ਆਪਣੀਆਂ ਵੇਖ ਚਾਖ ਕੇ, ਅੱਖੀਂ ਵੇਖ ਕੇ। ਅੱਛਾ ਅੱਛਾ, ਅੱਛਾ ਠੀਕ ਹੈ। ਪਰ ਇਹ ਆ ਕਿ ਜਦੋਂ ਪਹਿਲੀ ਵਾਰੀ ਕਿਤੇ ਲੈਣੀਆਂ ਵਾ ਉਦੋਂ? ਅੱਛਾ ਠੀਕ ਆ ਜੀ, ਠੀਕ ਹੈ ਠੀਕ ਹੈ, ਧੰਨਵਾਦ ਵੀਰ ਜੀ ਤੁਹਾਡਾ ਜੀ। ਬਾਕੀ ਫਿਰ ਵੀ ਆਪਣਾ ਵੇਖ ਚਾਖ ਕੇ ਖੜਿਆ ਕਰੋ। ਮਗਰ ਇਹਦੇ ਵੱਛੀ ਆ, ਤੇ ਬਾਕੀ ਵੱਛੀ ਨੂੰ ਜਿਹੜੀਆਂ ਰੱਸੀਆਂ ਬੜੀਆਂ ਵਾ ਵੱਖਰੀ ਬੰਦੇ ਨਾ ਆਪ ਬਾਹਰ ਆ, ਅਮਰੀਕਾ ਬੰਦਾ ਆਪ। ਠੀਕ ਆ, ਤੇ ਬੰਦਾ ਉਹਨਾਂ ਦਾ ਉਹਦੇ ਕਾਰਨ ਕਰਕੇ ਸੰਗਈ ਪਾਈ ਹੈ, ਬੜੀ ਸ਼ੌਂਕ ਨਾਲ ਵੈਰ ਰੱਖੀ। ਚਲੋ ਬੰਦੇ ਸਾਹਮਣੇ ਦੇ ਕਾਰਨ ਕਰਕੇ ਨਾ। ਠੀਕ ਆ, ਜਿਹਦੀ ਵੱਛੀ ਦਾ ਦੁੱਧ ਦਿੱਤੀ ਜੇ 15-16 ਕਿਲੋ ਹੋਣਾ ਹੋਊਗਾ ਤਾਂ ਉਹ ਤੇ 20 ਕਿਲੋ ਤੋਂ ਬਾਹਰ ਵੱਛੀ ਚੱਲ ਜੂਗੀ। ਵੇਖੋ ਸਾਰ ਦਿਖਾ ਦੋ ਜਵਾ ਫਿਰ ਇਹਦਾ ਜਵਾ, ਇੱਧਰ ਵੇਖੋ ਠੰਡੀ ਸੀ ਲਿਆ ਜਿਹੜੀ ਉਹਦੀ। ਤੇ ਅਗਲੇ ਥਣਾਂ ਦਾ ਚਵਾ ਦਿਖਾ ਦਿਆ। ਤੇ ਬਾਕੀ ਮਿਲਕ ਵੇਨ ਵੀ ਚੰਗੀ ਲੱਗੀ ਆ, ਬਾਕੀ ਥਣ ਪ੍ਰੋਪਰ ਹੱਥ 'ਚ ਆਉਣ ਵਾਲਾ ਵਾ ਹੁਣ ਜਿਹੜਾ ਸਮਾਨ ਪੈ ਗਿਆ ਵਾ ਉਹਦੇ ਕਰਕੇ। ਫੇਰੇ ਵੀ ਕੋਈ ਵੇਖੇ ਭਲ ਗਏ ਸ਼ਾਮਾਂ ਨੂੰ ਜੇ ਬਈ 15 ਤੋਂ ਬਾਅਦ ਦੂਗਾ 14 ਕਿਲੋ ਦੀ ਗਾਰੰਟੀ ਤੋਂ ਅੱਜ ਵੈੜ ਆਈ ਹੈ ਮੇਰੇ ਕੋਲ ਜਿਹੜਾ ਤਿਆਰ ਮੌਕੇ ਤੇ ਤਿਆਰ ਆ। ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? 20 ਕਿਲੋ ਅਸੀਂ ਦਊਗੀ। ਖੋਲੋ ਫਿਰ ਤੋਰੀਏ। ਬਾਕੀ ਕੱਦ ਕਾਠ ਬੇਲ ਜਿਹੜੀ ਚੰਗੀ ਜਰਸੀਆਂ ਦੇ ਹਿਸਾਬ ਨਾਲ ਜੇ ਲਾਈਏ ਆਪਾਂ ਤੇ ਆਪਾਂ ਲਾਈ ਫਿਰ ਜੇ ਅਗਲੇ ਬੰਨੇ ਵਿਖਾਓ।
ਬਾਕੀ ਵੱਛੀ ਦਾ ਥੋੜਾ ਜਿਹਾ ਵੱਧ ਕਰਦੀ ਆ। ਚਲੋ ਲੈ ਜਾਓ ਬੰਦ, ਠੀਕ ਹੈ ਜੀ, ਚਲੋ ਲੈ ਜਾਓ। ਅਤੇ ਮੁੱਲ ਵਧੀਆ ਤਾਂ ਫਿਰ ਹਾਂਜੀ ਚਾਲੀ ਹਜ਼ਾਰ ਦੀ ਕਰ ਦੋ ਵਿੱਚ ਮਾਨ, ਅੱਛਾ 38,000 ਦੀ ਅੱਜ ਰੇਟ ਬਿਲਕੁਲ ਜਾਇਜ਼ ਹੀ ਪਾਉਣੇ ਸਾਰੇ, ਅੱਛਾ ਅਤੇ ਅੱਜ ਵੀਡੀਓ ਵੇਖਿਓ ਕੋਈ ਪੂਰੀ ਜ਼ਰੂਰ ਕੇ ਉਹ ਵੀ ਅੱਜ ਵੀਡੀਓ 'ਚ ਪੈਣੀਆਂ ਸੀ ਅਤੇ ਚਲੋ ਪਹਿਲਾਂ ਵੇਖੀਆਂ, ਠੀਕ ਹੈ। ਅੱਛਾ ਮਤਲਬ ਚਾਰ ਮੱਝਾਂ ਬਾਹਰ ਵੀ ਲਈਆਂ ਵਾ ਜਿਹੜੀਆਂ ਪਰਸੋਂ ਦੀ ਵੀਡੀਓ 'ਚ ਪੈਣੀਆਂ, ਅੱਛਾ 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 ਠੀਕ, ਅੱਛਾ ਚਾਰ ਮੱਝਾਂ ਲੈਤੀਆਂ ਵਾ ਅਤੇ ਬਾਕੀ ਅਜੇ ਪੰਜ ਹੋਰ, ਅੱਛਾ ਉਹ ਵੀ ਗੱਡੀ ਠੀਕ ਹੈ ਜੀ, ਠੀਕ ਠੀਕ, ਮਤਲਬ ਕਿ ਹੁਣ ਚਲੋ ਬਾਬੇ ਦੀ ਕਿਰਪਾ ਹੈ ਕਿ ਮਾਲ ਆਈ ਚਲਾਈ ਹੋਈ ਜਾਂਦੀ ਆ। ਅਤੇ ਹਾਂਜੀ ਨੀਲੀ ਦੀ ਕੱਟੀ ਆ ਨਾ, ਤੋਰੋ ਫਿਰ ਇਹਨਾਂ ਵੀ ਆਹ ਜਿਹੜੀ ਨੀਲੀ ਦੀ ਕੱਟੀ ਆ ਇਹਦੇ ਮਗਰ ਕਾਫੀ ਖੂਬਸੂਰਤ ਕੱਟੀ ਆ ਜਿਹੜੀ ਇਹਦੇ ਮਗਰ ਪਿਓਰ ਨੀਲੀ ਦੀ ਕੱਟੀ ਆ ਅਤੇ ਕੱਟੀ ਵੀ ਚੰਗੀ ਸਾਂਭੀ ਆ ਜਿਹੜੀ। ਬਾਕੀ ਥੱਲੇ ਆਪਾਂ ਦੇਖ ਸਕਦੇ ਹਾਂ ਚੰਗੀ ਬਣੀ ਤਿਆਰ ਜੇ ਬਿਲਕੁਲ, ਜਿਹੜਾ 9 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਜੀ, ਨੀਲੀ ਦੀ ਮਗਰ ਕੱਟੀ ਆ ਤੇ ਚਵਾ ਲੱਗਾ ਹੋ ਕੇ ਤੇ ਕੰਨ ਆ ਕੱਟੀ ਜਿਹੜੀ ਮਗਰ ਨੀਲੀ ਦੀ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਜੀ? 12 ਕਿਲੋ ਜਮੀਨ ਹੁੰਦੀ ਆ ਦਾ, ਠੀਕ ਆ ਜਰਨ ਤਾਈ ਮੈਂ ਦੇਈ ਆ ਫੱਟੀ ਗਈ ਆ ਤਾਂ ਬਾਕੀ ਤਾਂ ਨਾ ਦਾ ਹੀ ਹੋਣਾ ਬਿੱਤਾ ਪਾਈ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਕਰੀਏ ਜਾਇਜ਼ ਜਾ ਬਿਲਕੁਲ 65,000 ਹੋਰ ਜਾਇਜ਼ ਕਰ ਦੋ ਆਪ ਹੀ ਗੱਬਨ ਜੇ ਮੱਝ, ਠੀਕ ਆ ਠੀਕ ਆ ਤੋਰੋ ਹਾਂ ਫਿਰ ਕਰੀ ਇਹਨਾਂ ਨੂੰ ਤੇ ਦੁੱਧ ਜਿਹੜਾ 12 ਲੀਟਰ ਦੇ ਕਰੀਬ ਜਿਹੜਾ ਇਹ ਵੀ ਕਹਿੰਦੇ ਚਵਾਈ ਜੇ, ਠੀਕ ਆ ਬਾਕੀ ਇਹ ਆ ਵੀ ਚਲੋ ਕੱਦ ਕੱਟ ਪਿੱਠ ਪੁੜਾ ਇਹਦਾ ਵੀ ਚਲੋ ਠੀਕ ਆ। ਅਜੇ ਤਿਆਰ ਹੋਣੀ ਆ ਇਹ, ਠੀਕ ਆ ਉਹਦੇ ਕਰਕੇ ਥੋੜਾ ਜਿਹਾ ਪੈਰ ਦੱਬਦੀ ਆ, ਕਈ ਵਾਰੀ ਲੋਨ ਚੜਾਉਣ ਲੱਗਿਆ ਹੋ ਜਾਂਦਾ ਵਾ ਕਈ ਵਾਰੀ ਵੱਧ ਘੱਟ, ਹਾਂਜੀ ਇਹਦਾ ਵੀ ਜਾਇਜ਼ ਜਿਹਾ ਮੁੱਲ 62,000 ਪੂਰੇ 60 ਦੀ, ਅੱਛਾ 58 ਦੀ, ਠੀਕ ਹੈ ਜੀ, ਠੀਕ ਆ
ਤੇ ਹੁਣ ਜਿਹੜੀ ਆ ਵਾਲੀ ਜੇ ਇਹ ਵੀ ਸੂਈ ਜੇ ਸੂਈ ਸਵਾਈ ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਤੇ ਦੁੱਧ ਕਿੰਨਾ ਤਿਆਰ ਹੈ 5 ਕਿਲੋ ਹੋਊਗਾ ਤਿਆਰ ਬਿਲਕੁਲ ਕਿਉਂਕਿ ਵੀ ਫੜਿਆ ਡੇ ਕਰੀ ਤੋੜ ਦੋ ਫਿਰ ਇਹਨਾਂ ਨੂੰ ਹੋਰ ਕੋਲ ਕੋ ਨਹੀਂ ਅੱਠ ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਹੁਣ ਟਾਈਮ ਸ਼ਾਮ ਦਾ ਹੋਇਆ ਪਿਆ ਚਵਾਈ ਦਾ ਤੇ ਇਹਦਾ ਵੀ ਵੀਰ ਜੀ ਫਿਰ ਜਾਇਜ਼ ਜਾਇਜ਼ ਮੁੱਲ ਕਰੀਏ ਬਿਲਕੁਲ ਹੀ ਇਹਦਾ ਮੁੱਲ 52,000 ਹੈ 52,000 ਹੈ ਹਾਂ ਦੇਖ ਸਕਦੇ ਹਵਾਨਾ ਇਹਦਾ ਇੱਕੋ ਗੱਲ ਕਰਦੀ ਹੈ ਪੂਰੀ ਜਾਇਜ਼ ਫਿਰ ਪੂਰੀ ਜਾਇਜ਼ ਹਾਂਜੀ ਦੋ ਛੱਡ ਦਈਏ 50 ਚੋਂ ਦੇ ਦਾਂਗੇ 50 ਚੋਂ ਦੋ ਛੱਡ ਦਈਏ ਮੈਂ ਜਿਹੜੇ ਵੀਰਾਂ ਕੋਲ ਵੀਡੀਓ ਵੇਖਣ ਜਾਂਦੇ ਉਹਨੂੰ ਪਤਾ ਲੱਗ ਜੂ ਕੀ ਕਮਾਇਆ ਇਹਨੇ ਦੀ ਆਮਈ ਦੇ ਜੇ ਤੁਸੀਂ ਕਹਦਾ ਦੇ ਦਾਂਗੇ ਠੀਕ 48 ਦੀ ਕਿਹਾ ਜੀ ਆਪਾਂ ਦੇ ਦਾਂਗੇ ਚਲੋ ਠੀਕ ਹੈ ਇਹ ਵੀਰ ਜੀ ਹੁਣ ਮਈ ਆਈਏ ਠੀਕ ਹੈ ਇਹ ਵੀ 10 ਦਿਨਾਂ ਦੀ ਮਈ 12 ਦਿਨਾਂ ਦੀ ਸਹੀ ਹੋ ਗਈ ਮਗਰ ਇਹਦੇ ਕੱਟਾ ਜੇ ਠੀਕ ਹੈ ਆ ਲਗਾਗੇ ਤੇ ਕਾਨੂੰ ਗਲਾ ਦੁੱਧ ਉਹ 9 ਕਿਲੋ ਆਂਦੇ ਅਸੀਂ ਧਾਰਾ ਮਾਰ ਕੇ ਲੈਂਦੀ 8 ਕਿਲੋ ਦੁੱਧ ਕਰਕੇ ਲਵੇ ਕੋਈ ਤੋੜ ਦੋ ਫਿਰ ਇਹਨਾਂ ਵੱਡੀ ਮਈ ਹੈ ਦੁੱਧ ਸੇਵਾ ਨਹੀਂ ਤੂੜੀ ਖਾਂਦੀ ਆਈ ਆ ਇਹ ਕਰੀ ਵੀਰ ਜੀ ਇੱਧਰ ਨੂੰ ਤੋਰ ਦਿਓ ਸਿੱਧੀ ਬਾਕੀ ਕੱਦ ਕਾਠ ਚਲੋ ਚੰਗਾ ਵਾ ਇਹਦਾ ਲੈ ਜਾ ਬੰਦ ਹੋ ਜੀ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 58,000 58,000 ਹਾਂਜੀ ਕਰ ਦੋ ਹੋਰ ਜਾਇਜ਼ 55 ਦੇ ਦਾਂਗੇ 53 ਹੀ ਦੇ ਦਈਏ ਦੇ ਦਾਂਗੇ ਠੀਕ ਹੈ ਹੋਰ ਯਾਰ ਛੱਡ ਦਾਂਗੇ 55,000 ਦੀ ਮੈਂ ਦੇ ਅੱਛਾ 55 ਹੀ ਦੇ ਦੇਣੀ ਹੈ ਦੇ ਦਾਂਗੇ ਠੀਕ ਹੈ ਜੀ ਅੱਜ ਇਹ ਹੈ ਕਿ ਆਈ ਚਲਾਈ ਵਾਲਾ ਕੰਮ ਹੀ ਕਰਨਾ ਹੈ ਕਿ ਬਸ ਯਾਰ ਇਹਦੀ ਮਈਆਂ ਦੇ ਜਿਹੜੇ ਭਾਪਾ ਦੇ ਭਾਦੇ ਟੋਕੜਾ ਨਹੀਂ ਮਿਲਣੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਇੱਥੇ ਆਣ ਕੇ ਕੋਈ ਵੇਖੇ ਹੈ ਨਾ ਤਸੱਲੀ ਕਰਕੇ ਵੇਸ਼ ਚਾਕ ਕੇ ਖੜੇ ਜੋ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਵੇਸ਼ ਚਾਕ ਕੇ ਖਰੀਦੋ ਜੀ